ਸਤਿ ਸ਼੍ਰੀ ਅਕਾਲ ਜੀ ਐਗਰੋਨੈਸਟ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਜੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਮਾਦ ਦੀ ਫਸਲ ਬਾਰੇ। ਕਮਾਦ ਦੇ ਵਿੱਚ ਇੱਕ ਕੀਟ ਬਹੁਤ ਹੀ ਖਤਰਨਾਕ ਹੈ ਜਿਹਨੂੰ ਪਾਇਰੀਲਾ ਕਹਿੰਦੇ ਹਾਂ। ਇੱਕ ਰਸ ਚੂਸਣ ਵਾਲਾ ਹੋਪਰ ਹੈ। ਇਹ ਬਾਰਿਸ਼ ਦੇ ਟਾਈਮ, ਸੋਕੇ ਦੇ ਟਾਈਮ ਜਾਂ ਫਿਰ ਜ਼ਿਆਦਾ ਗਰਮੀ ਦੇ ਵਿੱਚ ਆਉਂਦਾ ਹੈ। ਇਹਨਾਂ ਕੰਡੀਸ਼ਨ ਦੇ ਵਿੱਚ ਇਹ ਜ਼ਿਆਦਾ ਫਲਦਾ ਫੁੱਲਦਾ ਹੈ। ਇਹ ਸਭ ਤੋਂ ਪਹਿਲਾਂ ਪੱਤਿਆਂ ਦੇ ਉੱਤੇ ਆਉਂਦਾ ਹੈ, ਪੱਤਿਆਂ ਤੋਂ ਰਸ ਚੂਸਦਾ ਹੈ ਅਤੇ ਪੱਤੇ ਪੀਲੇ ਪੈਣ ਲੱਗ ਜਾਂਦੇ ਹੈ, ਜਿਹਦੇ ਕਰਕੇ ਜਿਹੜੇ ਉੱਤੇ ਪੱਤੇ ਹੈ ਉਹ ਵੀ ਪੀਲੇ ਪੈ ਜਾਂਦੇ ਹੈ ਸਾਰਾ। ਇਹ ਬਾਅਦ 'ਚ ਚਿਪਚਿਪਾ ਜਿਹਾ ਪਦਾਰਥ ਛੱਡਦੇ ਹੈ ਜਿਹਦੇ ਕਰਕੇ ਫੰਗਸ ਦੀ ਗਰੋਥ ਹੁੰਦੀ ਹੈ, ਜਿਹਨੂੰ ਆਪਾਂ ਸੂਟੀ ਮੋਲਡ ਕਹਿੰਦੇ ਹਾਂ। ਇਹਦੇ ਬਚਾਅ ਵਾਸਤੇ ਆਪਾਂ ਕੀ ਕਰਨਾ? ਇਹਦੇ ਬਚਾਅ ਵਾਸਤੇ ਆਪਾਂ ਮੈਲਾਥਿਓਨ ਡਸਟ 40 kg ਦੇ ਹਿਸਾਬ ਨਾਲ ਇੱਕ ਹੈਕਟੇਅਰ ਦੇ ਵਿੱਚ ਕਰ ਸਕਦੇ ਹਾਂ, ਜਾਂ ਫਿਰ ਆਪਾਂ ਸਪਰੇ ਮੈਲਾਥਿਓਨ ਦੀ 1.25 liter ਇੱਕ ਹੈਕਟੇਅਰ ਦੇ ਵਿੱਚ ਕਰਨੀ ਹੈ। ਜੇ ਤੁਹਾਡੀ ਕੋਈ ਹੋਰ ਕੁਐਰੀ ਜਾਂ ਪ੍ਰੋਬਲਮ ਪਸ਼ੂਆਂ ਜਾਂ ਫਸਲਾਂ ਸੰਬੰਧਿਤ ਹੋਵੇ, ਸਾਡੀ ਐਗਰੋਨੈਸਟ ਐਪਲੀਕੇਸ਼ਨ 'ਤੇ ਪੋਸਟ ਕਰੋ। ਸਾਡੀ ਟੀਮ ਉਹਨੂੰ ਛੇਤੀ ਤੋਂ ਛੇਤੀ ਉਹਦੀ ਹੱਲ ਪ੍ਰੋਵਾਈਡ ਕਰੂਗੀ। ਇਹੋ ਜਿਹੀ ਹੋਰ ਵੀਡੀਓਜ਼ ਲਈ ਸਾਡੇ ਐਗਰੋਨੈਸਟ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।